ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਕਿ ਮਾਰਚ ਚੱਲ ਚੁੱਕਿਆ ਹੈ, 2023 ਦਾ ਥਰਡ ਮੰਥ ਸਟਾਰਟ ਹੋ ਗਿਆ ਐਂਡ ਅੱਜ ਆਪਾਂ ਗੱਲ ਕਰਾਂਗੇ ਪੀ ਟੀ ਈ ਟ੍ਰੈਂਡ ਬਾਰੇ। ਸੋ ਇਸ ਈਅਰ ਦਾ ਥਰਡ ਮੰਥ ਸਟਾਰਟ ਹੋ ਗਿਆ ਹੈ, ਬਟ ਪੀ ਟੀ ਈ ਦਾ ਟ੍ਰੈਂਡ ਪਹਿਲਾਂ ਵਾਂਗੂ ਸੇਮ ਹੀ ਹੈ। ਕੁਛ ਬਹੁਤੇ ਵਧੀਆ ਸਕਸੈਸ ਰੇਟ ਜਾਂ ਬਹੁਤ ਅੱਛੇ ਰਿਜ਼ਲਟਸ ਨਹੀਂ ਮਿਲ ਰਹੇ। ਪੀ ਟੀ ਈ ਟ੍ਰੈਂਡ ਇਸ ਟਾਈਮ ਵੀ ਡਾਊਨ ਚੱਲ ਰਿਹਾ ਹੈ। ਸੋ ਸਿਰਫ ਉਹੀ ਬੱਚਿਆਂ ਦੇ ਵੀਜ਼ਾਸ ਆ ਰਹੇ ਨੇ ਜਿਨ੍ਹਾਂ ਦਾ ਪੀ ਟੀ ਈ ਮਤਲਬ ਬਹੁਤ ਅੱਛਾ ਹੈ, 60 ਸਕੋਰਸ ਨੇ, ਫੰਡਸ ਬਹੁਤ ਅੱਛੇ ਨੇ, ਪਰਸੈਂਟੇਜ ਬਹੁਤ ਅੱਛੀ ਹੈ। ਟੂ ਬੀ ਵੈਰੀ ਓਨੈਸਟ, ਬਹੁਤ ਸਾਰੇ ਬੱਚੇ ਜਿਨ੍ਹਾਂ ਦੇ ਪੀ ਟੀ 60 ਨੇ ਉਹ ਵੀ ਰਿਫਿਊਜ਼ ਹੋ ਰਹੇ ਨੇ। ਸੋ ਇੱਥੇ ਮੈਟਰ ਕਰਦਾ ਹੈ ਕਿ ਤੁਹਾਡਾ ਲੱਕ ਕਿੰਨਾ ਕੁ ਵਧੀਆ ਹੈ। ਬਹੁਤ ਕੋਈ ਅਗਰ ਬਹੁਤ ਜ਼ਿਆਦਾ ਬੱਚਾ ਕੋਈ ਲੱਕੀ ਹੈ, ਸਿਰਫ ਉਹਦਾ ਹੀ ਵੀਜ਼ਾਸ ਪੀ ਟੀ ਈ 'ਤੇ ਰਿਸੀਵ ਹੋ ਰਿਹਾ ਹੈ। ਜਿੱਦਾਂ ਸਾਡੇ ਸੀ ਐੱਨ ਏ ਕਾਲਜ ਦੇ ਵਿੱਚ ਗੁਰਕੀਰਤਨ ਦਾ ਵੀਜ਼ਾ ਪੀ ਟੀ ਨਾਲ ਆਇਆ, ਰਾਜਵੀਰ ਦਾ ਵੀਜ਼ਾ ਮੈਂ ਸੈਪਟੈਂਬਰ ਇਨਟੇਕ ਲਈ ਤੁਹਾਨੂੰ ਲੋਇਲਿਸਟ ਕਾਲਜ ਤੋਂ ਦਿਖਾਇਆ, ਗੁਰਦੀਪ ਸਿੰਘ ਜੋ ਇੱਕ ਵਾਰ ਪੀ ਟੀ ਈ ਰਿਫਿਊਜ਼ਡ ਹੋ ਗਏ ਸੀ 58 ਸਕੋਰਸ 'ਤੇ, ਦੁਬਾਰਾ ਰੀਅਪਲਾਈ ਦੇ ਵਿੱਚ ਨਾਇਗਰਾ ਕਾਲਜ ਦੇ ਲਈ ਉਹਨਾਂ ਦਾ ਵੀਜ਼ਾ ਅਪਰੂਵ ਹੋਇਆ। ਸੋ ਵੀਜ਼ਾਸ ਆ ਰਹੇ ਨੇ, ਲੇਕਿਨ ਬਹੁਤ ਘੱਟ ਵੀਜ਼ਾਸ ਆ ਰਹੇ ਨੇ। ਇਸ ਟਾਈਮ ਟ੍ਰੈਂਡ ਥੋੜ੍ਹਾ ਡਾਊਨ ਚੱਲ ਰਿਹਾ ਹੈ, ਬਟ ਅਗਰ ਆਪਾਂ ਕੰਪੇਅਰ ਕਰੀਏ ਲਾਸਟ ਈਅਰ ਨਾਲ, ਲਾਸਟ ਈਅਰ ਵੀ ਇਸ ਟਾਈਮ ਪੀ ਟੀ ਦਾ ਜੋ ਟ੍ਰੈਂਡ ਸੀਗਾ ਉਹ ਡਾਊਨ ਹੀ ਸੀਗਾ। ਲੇਟਰ ਔਨ ਅਪ੍ਰੈਲ ਅਤੇ ਮਈ ਦੇ ਵਿੱਚ ਦੁਬਾਰਾ ਵੀਜ਼ਾਸ ਆਉਣੇ ਸਟਾਰਟ ਹੋ ਗਏ ਸੀਗੇ, ਕਿਉਂਕਿ ਮੈਨੂੰ ਯਾਦ ਹੈ ਮੇਰੀ ਸਟੂਡੈਂਟ ਹੈ ਕੁਲਵਿੰਦਰ ਕੌਰ ਜੋ ਪਹਿਲਾਂ ਦੋ ਵਾਰ ਪੀ ਟੀ ਨਾਲ ਰਿਫਿਊਜ਼ਡ ਹੋ ਗਏ ਸੀ, ਥਰਡ ਅਟੈਂਪਟ ਦੇ ਵਿੱਚ ਐਲਗੋਮਾ ਯੂਨੀਵਰਸਿਟੀ ਤੋਂ ਉਹਨਾਂ ਦਾ ਪੀ ਟੀ ਈ 60 'ਤੇ ਦੁਬਾਰਾ ਵੀਜ਼ਾ ਆ ਗਿਆ ਸੀਗਾ। ਉਸ ਤੋਂ ਬਾਅਦ ਪੀ ਟੀ ਦੇ ਹੋਰ ਬੱਚਿਆਂ ਨੇ ਵੀ ਵੀਜ਼ਾਸ ਲਏ, ਵੀਜ਼ਾ ਟ੍ਰੈਂਡ ਵਧੀਆ ਹੋ ਗਿਆ ਸੀ। ਸੋ ਇੱਕ ਤਾਂ ਅਗਰ ਸਟੂਡੈਂਟਸ, ਅਗਰ ਤਾਂ ਤੁਸੀਂ ਪੇਸ਼ੈਂਸ ਰੱਖ ਸਕਦੇ ਹੋ, ਤੁਹਾਡਾ ਬਹੁਤ ਜ਼ਿਆਦਾ ਗੈਪ ਉਹ ਨਹੀਂ ਹੋ ਰਿਹਾ, ਜਾਂ ਤੁਸੀਂ ਆਇਲਸ ਕਰ ਹੀ ਨਹੀਂ ਸਕਦੇ, ਸਿਰਫ ਪੀ ਟੀ ਈ 'ਤੇ ਹੀ ਫਾਈਲ ਲਗਾਉਣਾ ਚਾਹੁੰਦੇ ਹੋ, ਜਾਂ ਤੁਸੀਂ ਫੀਸ ਜੀ ਆਈ ਸੀ ਭਰ ਚੁੱਕੇ ਹੋ ਅਤੇ ਤੁਹਾਡੀ ਫਾਈਲ ਸਪਟੈਂਬਰ ਲਈ ਹੈ, ਤੁਸੀਂ ਸਾਰਾ ਪ੍ਰੋਸੈਸ ਕਰ ਲਿਆ, ਜਸਟ ਫਾਈਲ ਨੂੰ ਇਸ ਟਾਈਮ 'ਤੇ ਪੁੱਟ ਅਪ ਨਾ ਕਰੋ। ਫਾਈਲ ਨੂੰ ਥੋੜ੍ਹਾ ਮਤਲਬ ਅਪ੍ਰੈਲ ਦੇ ਵਿੱਚ ਜਾਂ ਅਪ੍ਰੈਲ ਤੱਕ ਅਗਰ ਰੁਕ ਸਕਦੇ ਹੋ, ਅਪ੍ਰੈਲ ਜਾਂ ਮਈ ਤੱਕ ਪੁੱਟ ਅਪ ਕਰਾਓ, ਸੋ ਦੈਟ ਸਕਸੈਸ ਰੇਟ ਅੱਛਾ ਮਿਲੇ, ਮੇ ਬੀ ਟ੍ਰੈਂਡ ਚੇਂਜ ਹੋ ਜੇ। ਵੈਲ ਇਹ ਜਸਟ ਇੱਕ ਲਾਸਟ ਈਅਰ ਤੋਂ ਆਪਾਂ ਇੱਕ ਇੰਸਟੈਂਸ ਜਾਂ ਇੱਕ ਮਤਲਬ ਆਪਾਂ ਜਸਟ ਟ੍ਰੈਂਡ ਪੋਜ਼ਿਟਿਵ ਬਾਰੇ ਸੋਚ ਰਹੇ ਹਾਂ, ਜਸਟ ਇਹ ਇੱਕ ਆਪਣਾ ਆਈਡੀਆ, ਮੈਂ ਸ਼ੋਰਲੀ ਨਹੀਂ ਦੱਸ ਸਕਦੀ ਬਿਕਾਜ਼ ਮੇਰੀਆਂ ਕੁਛ ਬੱਚਿਆਂ ਦੀਆਂ ਐਪਲੀਕੇਸ਼ਨਸ ਲੱਗੀਆਂ ਹੋਈਆਂ ਨੇ। ਜਦੋਂ ਪੋਜ਼ਿਟਿਵ ਥੋੜ੍ਹਾ ਟ੍ਰੈਂਡ ਹੋਰ ਪੋਜ਼ਿਟਿਵ ਹੋ ਗਿਆ, ਰਿਜ਼ਲਟਸ ਹੋਰ ਅੱਛੇ ਆਉਣ ਲੱਗ ਗਏ, ਤਾਂ ਡੈਫੀਨੇਟਲੀ ਮੈਂ ਤੁਹਾਨੂੰ ਇਸ ਦੇ ਬਾਰੇ ਵੀ ਅਵੇਅਰ ਕਰੂੰਗੀ। ਬਟ ਅਗਰ ਤੁਸੀਂ ਆਇਲਸ ਦਾ ਪੇਪਰ ਦੇ ਸਕਦੇ ਹੋ ਤਾਂ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਹੈ। ਅਗਰ ਤੁਸੀਂ ਰੀਸੈਂਟ ਪਾਸ ਆਊਟ ਹੋ, ਆਪਣਾ ਗੈਪ ਨਹੀਂ ਵਧਾਉਣਾ ਚਾਹੁੰਦੇ, ਜਾਂ ਜੋ ਸਟੂਡੈਂਟ ਇਸ ਟਾਈਮ ਪਲੱਸ ਟੂ ਬੋਰਡ ਐਗਜ਼ਾਮਸ ਦੇ ਰਹੇ ਨੇ, ਲੇਟਰ ਔਨ ਕੈਨੇਡਾ ਸਟੱਡੀ ਵੀਜ਼ਾ 'ਤੇ ਜਾਣਾ ਚਾਹੁੰਦੇ ਹੈ, ਤਾਂ ਤੁਸੀਂ ਆਇਲਸ ਨੂੰ ਹੀ ਫਸਟ ਪ੍ਰੈਫਰੈਂਸ ਰੱਖੋ, ਬਿਕਾਜ਼ ਇਟਸ ਅ ਐਵਰਗ੍ਰੀਨ ਥਿੰਗ। ਹਰ ਕੰਟਰੀ ਆਇਲਸ ਨੂੰ ਐਕਸੈਪਟ ਕਰਦੀ ਹੈ, ਚਾਹੇ ਉਹ ਯੂ ਐੱਸ ਏ ਹੈ, ਆਸਟ੍ਰੇਲੀਆ ਹੈ, ਨਿਊਜ਼ੀਲੈਂਡ ਹੈ, ਕੈਨੇਡਾ ਹੈ, ਕੋਈ ਵੀ ਕੰਟਰੀ ਹੈ, ਆਇਲਸ ਮੇਨ ਪ੍ਰੈਫਰੈਂਸ ਹਰ ਕੰਟਰੀ ਦੀ ਹੈ। ਸੈਕਿੰਡਲੀ, ਸਕਸੈਸ ਰੇਟ ਇਹਦਾ ਕਦੇ ਵੀ ਡਾਊਨ ਨਹੀਂ ਹੁੰਦਾ, ਅਗਰ ਤੁਹਾਡੀ ਫਾਈਲ ਅੱਛੀ ਹੈ, ਤੁਸੀਂ ਸਬਜੈਕਟ ਸਹੀ ਲਿਆ ਤਾਂ ਸਕਸੈਸ ਰੇਟ ਵਧੀਆ ਰਹਿੰਦਾ। ਸੈਕਿੰਡਲੀ, ਪੀ ਟੀ ਈ ਇੱਕ ਹੋਰ ਫੈਕਟ ਵੀ ਹੈ ਪੀ ਟੀ ਨੂੰ ਲੈ ਕੇ, ਕਿ ਪੀ ਟੀ ਈ ਐਜ਼ ਅ ਓਫੀਸ਼ੀਅਲ ਲੈਂਗੁਏਜ ਕੈਨੇਡਾ ਨੇ ਐਕਸੈਪਟ ਕੀਤੀ ਹੈ, ਅੰਡਰ ਨੋਨ ਐਸ ਡੀ ਐਸ ਕੈਟੇਗਰੀ ਦੇ ਵਿੱਚ ਮੰਨੀ ਜਾ ਰਹੀ ਹੈ। ਐਂਡ ਜਦੋਂ ਵੀ ਆਪਾਂ ਪੀ ਟੀ ਈ ਦੀ ਫਾਈਲ ਸਬਮਿਟ ਕਰਦੇ ਹਾਂ ਤਾਂ ਜੀ ਸੀ ਕੀ ਦੇ ਵਿੱਚ ਬਕਾਇਦਾ ਆਪਾਂ ਪੀ ਟੀ ਈ ਸਿਲੈਕਟ ਕਰ ਸਕਦੇ ਹਾਂ, ਨੋਨ ਐਸ ਡੀ ਐਸ ਦੇ ਅਕੋਰਡਿੰਗ ਫਾਈਲ ਆਪਾਂ ਲਗਾ ਸਕਦੇ ਹਾਂ। ਸੋ ਕੈਨੇਡਾ ਨੇ ਪੀ ਟੀ ਨੂੰ ਬੰਦ ਨਹੀਂ ਕੀਤਾ, ਬਟ ਟ੍ਰੈਂਡ ਥੋੜ੍ਹਾ ਜੋ ਹੈ ਨੈਗੇਟਿਵ ਚੱਲ ਰਿਹਾ। ਮੇ ਬੀ ਲੇਟ ਸੈਪਟੈਂਬਰ ਦੇ ਵਿੱਚ ਚਾਂਸਿਸ ਹੋਰ ਵਧੀਆ ਹੋਣਗੇ, ਚੇਂਜਸ ਹੋ ਸਕਦੇ ਆ। ਸੋ ਤੁਸੀਂ ਇਸ ਵੀਡੀਓ ਤੋਂ ਇੱਕ ਆਈਡੀਆ ਲਗਾ ਸਕਦੇ ਹੋ ਕਿ ਇਸ ਟਾਈਮ ਕੀ ਟ੍ਰੈਂਡ ਚੱਲ ਰਿਹਾ, ਅਤੇ ਹੋਪਫੁਲੀ ਤੁਹਾਨੂੰ ਕਿਤੇ ਨਾ ਕਿਤੇ ਇਹ ਵੀਡੀਓ ਹੈਲਪ ਕਰੇ। ਥੈਂਕ ਯੂ ਸੋ ਮੱਚ।